खूह है साध संगत जीओ श्री गुरु गोबिंद सिंह जी महाराज अठ पो की रात नू माछीवाड़े दे संघने जंगलों विचों इस खूह ते पहुंचे। गुरु जी ने इस खूह तों जल छकिया अते इत्थों चढ़दे वल सत्तर गज की दूरी ते जंड थले जा के आराम किया। इसी खूह ते गुरु जी ने सुंगा नू अमृत वेले स्नान करके अते पंज बाणियां दा नितनेम करन दा हुकम दित्ता। और तुहानू दर्शन कराइए खूह दे जिथों धन गुरु गोबिंद सिंह पातशाह ने जल छकिया। इतिहास साहब जी ने सरवण किया जी इस टूटियां राही खूह का जल सारा आ रहा। देखो नीचे पवित्र खूह का जल झीका भोली दिखाओ सिंह साहब ऊपर लिखा हुआ पवित्र खूह का जल झीका भोली टूटियां राही खूह का जरा जल ने टूटियां राही वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु
ਨੇ ਦੋ ਵੱਡੇ ਸਾਹਿਬਜ਼ਾਦੇ ਅਤੇ ਕੁਝ ਸਿੰਘਾਂ ਦੀ ਸ਼ਹੀਦੀ ਤੋਂ ਬਾਅਦ ਚਮਕੌਰ ਦੀ ਗੜੀ ਤੋਂ ਚਾਲੇ ਪਾ ਕੇ ਪਿੰਡ ਚੂੜਪੁਰ ਵਿਖੇ ਪਹੁੰਚ ਕੇ ਇੱਕ ਝਾੜ ਹੇਠਾਂ ਵਿਸ਼ਰਾਮ ਕੀਤਾ ਜਿੱਥੇ ਹੁਣ ਗੁਰਦੁਆਰਾ ਸ੍ਰੀ ਝਾੜ ਸਾਹਿਬ ਸਾਹਿਬਜ਼ਾਦੇ ਸ਼ਹੀਦ ਕਰਾ ਕੇ ਇਸ ਜੰਡ ਦੇ ਦਰਖਤ ਹੇਠਾਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਰਾਮ ਕੀਤਾ ਸੀ ਅਤੇ ਪਰਮਾਤਮਾ ਨੂੰ ਸੰਬੋਧਨ ਹੋ ਕੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਮੇਰਾ ਸ਼ਬਦ ਉਚਾਰਨ ਕੀਤਾ ਮਿੱਤਰ ਪਿਆਰਿਆਂ ਨੂੰ ਹਾਲ ਮਰੀਜ਼ਾਂ ਦਾ ਕਹਿਣਾ ਕੁੱਝ ਵੀ ਨਾ ਰੋਗ ਰਜੋਗਾਂ ਨਾਗ ਨਿਵਾਸੀਆਂ ਦੇ ਰਹਿਣਾ ਸੂਰ ਸਰਾਹੀ ਖੰਡਰ ਪਿਆਲਾ ਭਾਈ ਧਰਮ ਸਿੰਘ ਅਤੇ ਇੱਕ ਸਿੰਘ ਭਾਈ ਮਾਨ ਸਿੰਘ ਗੁਰੂ ਜੀ ਨੂੰ ਆ ਮਿਲੇ ਇੱਥੋਂ ਗੁਰੂ ਜੀ ਭਾਈ ਗੁਲਾਬੇ ਪੰਜਾਬੀ ਨਾਲ ਮਾਛੀਵਾੜੇ ਵਿਖੇ ਉਹਨਾਂ ਦੇ ਘਰ ਗਏ ਉੱਥੇ ਹੀ ਮਾਤਾ ਹਰਜਾਈ ਪਾਸੋਂ ਚੋਲਾ ਪ੍ਰਵਾਨ ਕੀਤਾ ਜਿੱਥੇ ਹੁਣ ਗੁਰਦੁਆਰਾ ਸਿੰਘ ਚੁਬਾਰਾ ਸਾਹਿਬ ਸੁਭਾਈਮਾਨ ਹੈ ਉੱਥੋਂ ਗੁਰੂ ਸਾਹਿਬ ਜੀ ਗਣੇ ਖਾਂ ਨਬੀ ਖਾਂ ਦੇ ਘਰ ਗਏ ਜਿੱਥੇ ਹੁਣ ਗੁਰਦੁਆਰਾ ਸਾਹਿਬ ਗਣੇ ਖਾਂ ਨਬੀ ਖਾਂ ਸੁਸ਼ੋਭਿਤ ਹੈ ਉੱਥੋਂ ਗੁਰੂ ਜੀ ਉੱਚਦੇ ਪੀਰ ਦੇ ਮੁੱਖ ਵਿੱਚ ਮਾਛੀਵਾੜੇ ਤੋਂ ਬਾਅਦ ਪਹੁੰਚੇ ਤਾਂ ਮੁਗਲ ਫੌਜਾਂ ਦਾ ਘੇਰਾ ਪੈ ਗਿਆ ਜਿੱਥੇ ਗੁਰੂ ਜੀ ਦੀ ਉੱਚਦੇ ਪੀਰ ਵਜੋਂ ਬਿਲਾਵਰ ਖਾਂ ਨੇ ਸੈਯਦ ਪੀਰ ਮੁਹੰਮਦ ਕਾਜੀ ਪਾਸੋਂ ਸ਼ਨਾਖਤ ਕਰਵਾਈ ਜਿੱਥੇ ਹੁਣ ਗੁਰਦੁਆਰਾ ਸ੍ਰੀ ਕਿਰਪਾਨ ਭੇਟ ਸਾਹਿਬ ਸਥਿਤ ਹੈ ਸੰਗਤ ਜੀ ਇਹ ਉਹ ਜੰਡ ਦਾ ਦਰਖਤ ਹੈ ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਰਾਤ ਦੇ ਸਮੇਂ ਮਾਛੀਵਾੜੇ ਦੇ ਜੰਗਲ ਵਿੱਚ ਆ ਕੇ ਆਰਾਮ ਕੀਤਾ ਉਹ ਗੁਰਦੁਆਰਾ ਚਰਨ ਕਮਲ ਸਾਹਿਬ ਜੀ ਉਸ ਸਮੇਂ ਰਾਤ ਨੂੰ ਕੋਈ ਲਾਈਟ ਦਾ ਪ੍ਰਬੰਧ ਨਹੀਂ ਸੀ ਹੈਗਾ ਅਤੇ ਸੰਗਤ ਜੀ ਇਹ ਜੰਡ ਦੇ ਦਰਖਤ ਹੇਠਾਂ ਸੰਸਾਰ ਦੇ ਮਾਲਕ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਸਮ ਪਿਤਾ ਆਰਾਮ ਕਰਦੇ ਪਏ ਨੇ ਉਸ ਸਮੇਂ ਦਾ ਕਿਹੋ ਜਿਹਾ ਉਸ ਸਮੇਂ ਦਾ ਮਾਹੌਲ ਹੋਵੇਗਾ ਸੰਗਤ ਜੀ ਜਦੋਂ ਸੰਸਾਰ ਦੇ ਮਾਲਕ ਨੰਗੇ ਚਰਨ ਅਤੇ ਚਰਨਾਂ ਦੇ ਵਿੱਚ ਜੋੜਾ ਵੀ ਨਹੀਂ ਹੈਗਾ ਖੂਨ ਸਿਮਦਾ ਪਿਆ ਅਤੇ ਨਾਲ ਹੀ ਜਿਹੜੇ ਬਸਤਰ ਨੇ ਉਹ ਵੀ ਫਟੇ ਨੇ ਜਿਹੜੇ ਦੁਨੀਆਂ ਨੂੰ ਇੰਨਾ ਕੁਛ ਦੇ ਗਏ ਅੱਜ ਜਦੋਂ ਉਹ ਇਸ ਸਥਾਨ 'ਤੇ ਪਹੁੰਚੇ ਤਾਂ ਬਸਤਰ ਵੀ ਫਟੇ ਹੋਏ ਸਨ ਚਰਨਾਂ ਦੇ ਵਿੱਚ ਜੋੜਾ ਵੀ ਕੋਈ ਨਹੀਂ ਸੀ ਉਦੋਂ ਵੀ ਖੂਨ ਸਿਮਦਾ ਪਿਆ ਸੀ ਸਾਡੇ ਵਾਸਤੇ ਸਾਰਾ ਪਰਿਵਾਰ ਜਿਨ੍ਹਾਂ ਨੇ ਲੇਖੇ ਲਾ ਦਿੱਤਾ ਅਤੇ ਅੱਜ ਅਸੀਂ ਜਦੋਂ ਅੰਮ੍ਰਿਤ ਦੀ ਗੱਲ ਕਰਦੇ ਹਾਂ ਨਾ ਅੰਮ੍ਰਿਤ ਛਕ ਲਓ ਅਤੇ ਅਸੀਂ ਅੰਮ੍ਰਿਤ ਨਹੀਂ ਛਕਦੇ ਕਹਿੰਦੇ ਅਜੇ ਸਾਡੇ ਬੱਚੇ ਵਿਆਹਣ ਵਾਲੇ ਨੇ ਅਜੇ ਹੋਰ ਕਈ ਕੰਮ ਨੇ ਸਾਨੂੰ ਸਾਰੇ ਆਪ ਜੀ ਦੇਖਦੇ ਵਿਸਾਖੀ ਲੰਘ ਕੇ ਗਈ ਹੈ ਜੀ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਅਤੇ ਸਾਡੇ ਵਾਸਤੇ ਕੀਤੀ ਸੀ ਖਾਲਸਾ ਪੰਥ ਦੀ ਸਾਜਨਾ ਪਰ ਅੱਜ ਅਸੀਂ ਅੰਮ੍ਰਿਤ ਤੋਂ ਮੁਨਕਰ ਹੋਈ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਅਸਥਾਨਾਂ 'ਤੇ ਆ ਕੇ ਦਰਸ਼ਨ ਵੀ ਨਹੀਂ ਕਰਦੇ ਆ ਦੇਖੋ ਜੰਡ ਦਾ ਦਰਖਤ ਉਸ ਸਮੇਂ ਦੀ ਸਾਨੂੰ ਯਾਦ ਦਵਾਉਂਦਾ ਇਹ ਦਰਖਤ ਕਿੰਨਾ ਕਰਮਾਂ ਵਾਲਾ ਹੋਵੇਗਾ ਸੰਗਤ ਜੀ ਕਿੰਨਾ ਭਾਗਾਂ ਵਾਲਾ ਇਹ ਦਰਖਤ ਹੈ ਇਸ ਦਰਖਤ ਦੇ ਥੱਲੇ ਸੰਸਾਰ ਦੇ ਮਾਲਕ ਨੇ ਉਸ ਬਾਜਾਂ ਵਾਲੇ ਮਾਹੀ ਨੇ ਆਰਾਮ ਕੀਤਾ ਇਸ ਦਰਖਤ ਥੱਲੇ ਆ ਕੇ ਇਹ ਦਰਖਤ ਵੀ ਕਿੰਨੇ ਭਾਗਾਂ ਵਾਲਾ ਹੋਵੇਗਾ ਕਿੰਨੀ ਇਸ ਦਰਖਤ ਨੇ ਪੁਕਾਰ ਕੀਤੀ ਹੋਏਗੀ ਉਸ ਅਕਾਲ ਪੁਰਖ ਨੂੰ ਪਰਮਾਤਮਾ ਨੂੰ ਕਿ ਮੈਨੂੰ ਵੀ ਆ ਕੇ ਦਰਸ਼ਨ ਦਿਓ ਅਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇੱਥੇ ਆ ਕੇ ਆਰਾਮ ਕੀਤਾ ਉਹ ਦਰਖਤ ਦੇ ਵੀ ਕਿੰਨੇ ਚੰਗੇ ਭਾਗ ਨੇ ਜੀ ਸੰਗਤ ਜੀ ਅੱਜ ਆਪਾਂ ਚਰਨ ਕਮਲ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਖੜ੍ਹੇ ਹਾਂ ਅਤੇ ਇਸ ਜੰਡ ਦੇ ਦਰਸ਼ਨ ਕਰ ਰਹੇ ਹਾਂ ਆਪ ਜੀ ਦੇ ਦਰਸ਼ਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।